देश पंजाब दे विच वसदे वीरां नूं ओह संघर्षशील योधिआं नूं जो हजे भी संघर्ष करदे आ चाहे गुप्ती करदे आ चाहे शरेआम करदे आ। एक योधा जो जरवाणिआं दी अख विच रड़कदा सी वीर दीप सिद्धू, वीर दी पहचान दसण दी लोड़ नहीं हैगी, जो हुण साडे विच नहीं रहा बहुत वड्डा घाटा पै गया। ते देश पंजाब दे विच वसदे नौजवानां नूं बेनती आ गौर नाल गल्लां सुणिओ, एक दो मिंट बेनती करनी आ, बाला नहीं। ਇਹ ਜਿਹੜੀਆਂ ਏਜੰਸੀਆਂ ਹੁੰਦੀਆਂ ਨਾ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਹੁੰਦੇ ਆ ਇਹੋ ਜਿਹੇ ਯੋਧੇ। ਬਾਈ ਦੀਪ ਸਿੱਧੂ ਨੇ 17 ਤਰੀਕ ਨੂੰ ਤਰਨਤਾਰਨ ਸਾਹਿਬ ਆਉਣਾ ਸੀਗਾ ਰੋਡ ਸ਼ੋਅ ਲਈ, ਤੇ ਸਾਨੂੰ 2-3 ਦਿਨ ਹੋ ਗਏ, 4 ਦਿਨ ਬਾਈ ਨਾਲ ਗੱਲ ਕਰਦਿਆਂ ਨੂੰ ਲਾਸਟ ਗੱਲ ਹੋਈ ਆ 3 ਦਿਨ ਪਹਿਲਾਂ। ਬਾਅਦ ਚ ਬਾਈ ਮੈਸੇਜ ਤਾਂ ਵੇਖ ਲੈਂਦਾ ਸੀ, ਰਿਪਲਾਈ ਨਹੀਂ ਸੀ ਕਰਦੇ। ਬਾਹਰਲੇ ਸਿੰਘਾਂ ਨੂੰ ਵੀ ਪਤਾ ਬਾਈ ਨਾਲ ਗੱਲ ਨਹੀਂ ਸੀ ਹੋ ਰਹੀ ਕਿਸੇ ਦੀ, ਪਤਾ ਨਹੀਂ ਮਨ ਕਿਉਂ ਕਹਿੰਦਾ ਵੀ ਬਾਈ ਨੂੰ ਏਜੰਸੀ ਨੇ ਕਿਸੇ ਨੇ ਚੱਕਿਆ ਹੋਊਗਾ, ਖੜਾ ਕੇ ਗੱਡੀ ਕੰਟੇਨਰ ਦੇ ਵਿੱਚ ਮਾਰੀ ਆ, ਮਨ ਕਹਿੰਦਾ ਇਹ। ਕਿਉਂਕਿ ਜੋਗਾ ਸਿੰਘ ਖਾਲਿਸਤਾਨੀ ਤੇ ਵੀ ਟਰੱਕ ਚੜਾਤਾ ਸੀ, ਉਹ ਵੀ ਸੜਕ ਹਾਦਸੇ ਚ ਮਾਰਤਾ ਸੀ, ਕਿਉਂਕਿ ਉਹ ਯੋਧਾ ਅੱਖਾਂ ਚ ਰੜਕਦਾ ਸੀ। ਬਾਈ ਦੀਪ ਸਿੱਧੂ ਨਾਲ ਵੀ ਉਹੀ ਗੱਲ ਹੋਈ, ਕਿਉਂਕਿ 2018 ਦੇ ਵਿੱਚ ਸਾਨੂੰ ਵੀ ਚੱਕਿਆ ਸੀ, ਉਹਦਾ ਮਨ ਮਿਹਰ ਪਈ ਚਲੋ ਕੋਈ ਸਾਨੂੰ ਤੋਂ ਛੜਾ ਲੈ ਆ। ਤੇ ਇੱਕ ਗੱਲ ਗੌਰਮੈਂਟ, ਇੱਕ ਗੱਲ ਏਜੰਸੀਆਂ ਯਾਦ ਰੱਖਣ ਵੀ ਜੇ ਇਹ ਗੱਲ ਸੱਚੀ ਹੋਈ ਨਾ, ਕਦੇ ਗੱਲ ਨਿਕਲਿਆ ਹੀ ਵੀ ਬਾਈ ਦੀਪ ਸਿੱਧੂ ਦਾ ਕਤਲ ਹੋਇਆ, ਪੈਰਵਾਈ ਫੁੱਲ ਕਰਾਂਗੇ। ਜੇ ਬਾਈ ਦੀਪ ਸਿੱਧੂ ਨਾਲ ਕੋਈ ਇਹੋ ਜਿਹੀ ਘਟਨਾ ਵਾਪਰੀ ਹੋਈ ਤੇ ਅਸੀਂ ਤਿਆਰ ਬੈਠੇ ਆ, ਹਿਸਾਬ ਕਿਤਾਬ ਫੁੱਲ ਕਰਾਂਗੇ, ਸਮਝ ਕੇ ਭਾਜੀ ਸਿਰ ਨਹੀਂ ਰੱਖਦੇ, ਮੋੜਾਂਗੇ ਜ਼ਰੂਰ। ਜੋ ਮਰਜ਼ੀ ਕਰਨਾ ਪਵੇ ਬਾਈ ਦੀਪ ਸਿੱਧੂ ਦੇ ਕਤਲ ਦਾ ਬਦਲਾ ਲਵਾਂਗੇ, ਭਾਵੇਂ ਸੈਂਟਰ ਤੋਂ ਲੈਣਾ ਪਵੇ ਸਾਨੂੰ। ਤੇ ਨੌਜਵਾਨੋ ਯਾਦ ਰੱਖਿਓ ਇਸ ਗੱਲ ਨੂੰ, ਤੇ ਬਾਈ ਦੀਪ ਸਿੱਧੂ ਦੀ ਜੋ ਇਹ ਘਟਨਾ ਵਾਪਰੀ ਆ ਜਾਈ ਨਾ ਜਾਵੇ, ਤੇ ਜਿੱਥੇ ਲੋੜ ਪਈ ਡਟਣਾ ਖੜਨਾ ਪੂਰਾ, ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਜ਼ਰੂਰਤ ਰੱਖਣੀ ਸਿੰਘਾਂ ਨੇ। ਅਸੀਂ ਜਾ ਰਹੇ ਹਾਂ, ਪਹਿਲੋਂ ਸਾਡੇ ਨੌਜਵਾਨ ਭੈਣ ਦੀ ਪੱਤ ਲੁੱਟੀ ਸੀ, ਅਸੀਂ ਤਾਂ ਵੀ ਗਏ ਹਾਂ, ਤੇ ਚਾਹੇ ਦਿੱਲੀ ਦੇ ਵਿੱਚ ਕਿਸ ਦਰ ਜਾ, ਪਰ ਫਿਰ ਵੀ ਅਸੀਂ ਆਪਦੇ ਇਲੈਕਸ਼ਨ ਛੱਡਤੇ, ਸਾਨੂੰ ਇਹ ਬਾਦਸ਼ਾਹੀਆਂ ਇਹ ਸਾਨੂੰ ਰਾਜ ਭਾਗ ਚੰਗੇ ਨਹੀਂ ਲੱਗਦੇ ਜੇ ਸਾਡੇ ਭਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਣ। ਇਹ ਮਾਝੇ ਏਰੀਏ ਦੇ ਨੌਜਵਾਨ ਸਮਝਣ, ਉਹ ਪਿੱਛੋਂ ਸਾਂਭ ਲੈਣ ਸਾਂਭਣਾ ਤਾਂ, ਤੇ ਜੋ ਸਾਡੀ ਝੋਲੀ ਪਾਉਣਗੇ ਸਾਨੂੰ ਮਨਜ਼ੂਰ ਆ, ਪਰ ਸਾਨੂੰ ਜਾਨੋ ਵੱਧ ਪਿਆਰਾ ਸੀ ਬਾਈ ਦੀਪ ਸਿੱਧੂ, ਅਸੀਂ ਦਿੱਲੀ ਉਧਰ ਚਾਲੇ ਪਾਤੇ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।